Queen Elizabeth. Hi. क्या हुआ मदी? पुत्र सलाम लिए उतरिया नाल मेरा भी तरह कट चली ये मुंडे इथो ही ले ने अच्छा यहां से लिए न्यू बहु बैंड आले अंगोलो मैं इना खर्चा नहीं कराउंदी अपनी गवर्नमेंट दा वाह अच्छा अच्छा इथे आई आ ते आ दे ले के तुसी अपने गार्ड गुड नहीं लेंदे कोई अच्छा मैं क्या नहीं इथे मैं ते नहीं इन्ने पैसे लांदी अपने ते ਹਾਂਜੀ ਫਿਰ ਇਥੋਂ ਹੀ ਤੁਹਾਨੂੰ ਦੇ ਦਿੰਦੀ ਆ ਗਾਜ ਤੇ ਉਥੋਂ ਮੈਂ ਲੰਘਣ ਦੀ ਛਾਂ ਗੱਡੀ ਤੇ ਮੈਨੂੰ ਆ ਨਜ਼ਰ ਆਏ ਉੱਥੇ ਵਾਜੇ ਫੜ ਕੇ ਖਲੋਤੇ ਨਹੀਂ ਲੇਕਿਨ ਜੋ ਆਪਕੇ ਬਕਿੰਗਮ ਪੈਲਸ ਕੇ ਬਾਹਰ ਖੜੇ ਹੋਤੇ ਹੈ ਵੋ ਤੋ ਬੜੇ ਖੂਬਸੂਰਤ ਸਮਾਰਟ ਉੱਚੇ ਲੰਬੇ ਤਰੋਮੰਦ ਕਿਸਮ ਕੇ ਨਹੀਂ ਤੋ ਬਿਲਕੁਲ ਵਿਚਾਰੇ ਕੇ ਦੇਖੇ ਨਹੀਂ ਠੀਕ ਨੇ ਸਸਤੇ ਲੱਭ ਗਏ ਨੇ 7000 ਦੀ ਜੋੜੀ ਲਈ ਪਹਿਲੇ ਤੇ ਆਈ 7000 ਮੰਗਦੇ ਸਨ ਇਹਦਾ ਮੈਂ ਕਹ ਨਹੀਂ ਦੋ ਖੰਨੇ ਨੇ ਆਂਦੇ ਨੇ ਚਲੋ ਫਿਰ ਇਹਨੂੰ ਚੁੰਗੇ ਚ ਲੈ ਜਾਓ ਹੈ ਚੰਗੇ ਨੇ ਉੰਜ ਇੱਕੋ ਹੀ ਫਾਲਤੇ ਬਸ ਕੋਈ ਵੀ ਜੇਬ ਚ ਹੱਥ ਪਾਉਂਦਾ ਤੇ ਫੌਰਨ ਸ਼ੁਰੂ ਹੋ ਜਾਂਦੇ ਨੇ ਦੇਸਾਂ ਦਾ ਰਾਜਾ ਮੇਰੇ ਪਾਪ ਦਾ ਦੇ ਦਿਲ ਦਾ ਸਹਾਰਾ ਮੇਰਾ ਕੁੜੀ ਚੜਿਆ ਕੁੜੀ ਚੜਿਆ ਇੰਗਲੈਂਡ ਦੀ ਅਗਵਾਂ ਦਾ ਕੋਈ ਗੱਲ ਨੀ ਮਾਂ ਜੀ ਅਸੀਂ ਤੁਹਾਡੇ ਪੁੱਤਰ ਹੀ ਆ ਯੋਰ ਮੈਜੈਸਟੀ ਕੀ ਆਨਾ ਹੈ ਸਾਥ ਵਾਲੀ ਕੰਟਰੀ ਸੇ ਆਪਕੇ ਨਾਮ ਐਸ ਐਮ ਐਸ ਆਇਆ ਹੈ ਕੀ ਆਂਦੇ ਨੇ ਉਹ ਕਹਤੇ ਹੈ ਕਿ ਆਪਕੀ ਪਿਛਲੀ ਦੋ ਕਮੇਟੀਆਂ ਸ਼ਾਰਟ ਹੈ ਹੈ ਉਤਰਾ ਚਾਰਲਸ ਮਿੱਤ ਕਰਾਉਂਦਾ ਮੈਨੂੰ ਨਹੀਂ ਤਾਂ ਕਿਉਂ ਆਪਨੇ ਕਮੇਟੀ ਡਾਲੀ ਹੋਈ ਹੈ ਆਹੋ ਪੁੱਤਰ ਅੱਗੋ ਹੈਰੀ ਦਾ ਵਿਆਹ ਨਹੀਂ ਕਰਨਾ ਹਾਂ ਮੈਂ ਕਮੇਟੀ ਪਾ ਛੱਡਨੀ ਆ ਉੰਜ ਮੁੰਡੇ ਆਪ ਵੀ ਕਰ ਗੁਰ ਲੈਂਦੇ ਨੇ ਵਿਆਹ ਪਰ ਮੈਂ ਆਨੀ ਆ ਕਿ ਕੋਈ ਸੁਸਤ ਨਿਕਲਿਆ ਤੇ ਫਿਰ ਅਸੀਂ ਤੇ ਆਪਣੀ ਤਿਆਰੀ ਫੜੀਏ ਹੈਰੀ ਦਾ ਵਿਆਹ ਗੱਲ ਸੁਣੋ ਵੇ ਜੀ ਬੈਂਡ ਆਪਣਾ ਹੀ ਲੈ ਕੇ ਆਣਾ ਨਿਊ ਬਾਉ ਬੈਂਡ ਓਕੇ ਲੋਰ ਸ਼ਹਿਰ ਤੋਂ ਜੰਜ ਚੜੀ ਤੇ ਤਾਰ ਪਸ਼ੋਰੋਂ ਖੜਕੇ ਕਰਾਚੀ ਤੱਕ ਦਿਲ ਧੜਕੇ ਕਰਾਚੀ ਤੱਕ ਦਿਲ ਧੜਕੇ ਲੋਰ ਸ਼ਹਿਰ ਦੇਖ ਲੋ ਵੀ ਜਾ ਅਮਾ ਵੇਲਾ ਹੁੰਦੀ ਆ ਉਤਰੇ ਵੇਲਾ ਹੁਣ ਜਾਣ ਤੇ ਮਾਲਕਾਂ ਦੀ ਵੀ ਨਹੀਂ ਸੁਣਦੇ ਪੁੱਤਰ ਲਾਹੌਰ ਸ਼ਹਿਰ ਤੋਂ ਜੰਜ ਚੜੀ ਕੀ ਹੋਇਆ ਕੁਛ ਸਾਡਾ ਅੰਗਰੇਜ਼ੀ ਗਾਣਾ ਸੁਣਾਓ ਓਕੇ ਇਤਨੇ ਨਹੀਫ ਔਰ ਕਮਜ਼ੋਰ ਗਾਰਡ ਕੋ ਰੱਖਾ ਕਿਉਂ ਹੈ ਅਗਰ ਆਪ ਪੁੱਤਰ ਕਮਜ਼ੋਰ ਨਹੀਂ ਹੈ ਬੜਾ ਤੇਜ ਹੈ ਰਾਹ ਚ ਮੇਰੀ ਬੰਗੀ ਜਾਣ ਦੀ ਹੋਵੇ ਨਾ ਤੇ ਇੱਥੇ ਤੇ ਤਾਰਾਂ ਸ਼ਾਰਾਂ ਵੀ ਬੜੀਆਂ ਨੀਵੀਆਂ ਨੇ ਫਿਰ ਇਹ ਵਾਲਾ ਗਾਰਡ ਇਹਨੂੰ ਲੱਤਾਂ ਚੋਂ ਫੜ ਕੇ ਤਾਰਾਂ ਉੱਚੀਆਂ ਕਰ ਦਿਆ ਇਹਨੂੰ ਤੇ ਮੈਂ ਜਾਂਦਿਆਂ ਇੰਗਲੈਂਡ ਲੈ ਜਾਣਾ ਹੈ ਹਾਂ ਉੱਥੇ ਮਹੱਲੇ ਚ ਫਿਰਦਾ ਟੁਰਦਾ ਰਹੇਗਾ ਤੇ ਅੰਦਰ ਚੂਹੇ ਨਹੀਂ ਆਣਗੇ ਫਿਲਪੂ ਬੜਾ ਡਰਦਾ ਚੂਹਿਆਂ ਕੋਲੋਂ ਮੈਂ ਨਹੀਂ ਡਰਦੀ ਮੇਰੇ ਸਾਹਮਣੇ ਤੇ ਸੱਪ ਆ ਜਾਏ ਤੇ ਮੈਂ ਉਹਨੂੰ ਪੂਛਣ ਤੋਂ ਫੜ ਕੇ ਆਨੀ ਆ ਪੁੱਤਰ ਕਿੱਧਰ ਕਮਾ ਕੇ ਮਾਰਨੀ ਆ ਮੈਂ ਕਾਂਧੇ ਚ ਤੇ ਆਏ ਅੱਲਾ ਜੀ ਮੈਂ ਮਰ ਗਿਆ ਮਲਕਾ ਇਸ ਹਵਾਲੇ ਤੋਂ ਸ਼ੋਹਰਤ ਰੱਖਤੀ ਹੈ ਡਰਤੀ ਵਰਤੀ ਬਿਲਕੁਲ ਨਹੀਂ 2003 ਮੇ ਸਾਊਦੀ ਵਲੀ ਅਹਿਦ ਸ਼ਾਹ ਅਬਦੁੱਲਾ ਬਰਤਾਨੀਆ ਕੇ ਦੌਰੇ ਪੇ ਗਏ ਥੇ ਤੋ ਮਲਕਾ ਨੇ ਉਨਕੋ ਆਪਣੀ ਜਾਗੀਰ ਕੀ ਸੈਰ ਕਰਵਾਈ ਥੀ ਔਰ ਗਾੜੀ ਖੁਦ ਚਲਾ ਰਹੀ ਥੀ ਗਾੜੀ ਇਤਨੀ ਤੇਜ਼ ਰਫਤਾਰੀ ਸੇ ਚਲਾ ਰਹੀ ਥੀ ਕਿ 80 ਸਾਲ ਕੇ ਉਸ ਤੋਂ 80 ਸਾਲ ਸੇ ਜ਼ਿਆਦਾ ਉਮਰ ਥੀ ਸ਼ਾਹ ਅਬਦੁੱਲਾ ਕੀ ਉਨਕੀ ਜਾਨ ਨਿਕਲ ਗਈ ਬੈਠੇ ਬੈਠੇ ਔਰ ਇਹ ਬਾਤੇ ਕਰਤੀ ਜਾ ਰਹੀ ਥੀ ਉਹਨਾਂ ਨੇ ਕਿਹਾ ਕਿ ਬਾਤੋਂ ਪੇ ਧਿਆਨ ਨਾ ਰੱਖੇ ਸੜਕ ਪੇ ਧਿਆਨ ਰੱਖੇ ਆਹ ਬੜਾ ਦਰਿਆ ਸੀ ਉਹ ਮੁੰਡਾ ਅਬਦੁੱਲਾ ਕਹਿੰਦਾ ਮੈਂ ਊਠ ਤੇ ਬੈਂਦਾ ਨਹੀਂ ਡਰਦਾ ਤੁਹਾਡੀ ਗੱਡੀ ਚ ਡਰ ਗਿਆ ਵਾ ਮੈਂ ਤੇ ਗੱਡੀ ਦੀਆਂ ਸਕਰੀਚਾਂ ਵੀ ਮਾਰਨੀਆਂ ਫਿਲਪੋ ਵੀ ਕਹਿੰਦਾ ਹੁੰਦਾ ਏ
ਜਦੋਂ ਵੀ ਕਿਧਰੇ ਨਿਕਲੀਏ ਨਾ ਤੇ ਆਂਡਿਆ ਗੱਡੀ ਮੈਂ ਹੀ ਚਲਾਵਾਂਗਾ। ਨਹੀਂ ਤੇਜ਼ ਗਾੜੀ ਚਲਾਤੀ ਥੀ ਤੋ ਮਲਕਾ ਕਾ ਚਲਾਨ ਨਹੀਂ ਹੋਤਾ ਥਾ। ਅਗਰ ਕੋਈ ਮਲਕਾ ਕਾ ਚਲਾਨ ਕਰਨਾ ਵੀ ਚਾਹੇ ਤੋ ਕੈਸੇ ਕਰਤਾ, ਨਾ ਮਲਕਾ ਕੇ ਪਾਸ ਆਈਡੀ ਕਾਰਡ, ਨਾ ਪਾਸਪੋਰਟ, ਨਾ ਡਰਾਈਵਿੰਗ ਲਾਇਸੈਂਸ, ਔਰ ਨਾ ਮਲਕਾ ਕੀ ਗਾੜੀ ਪੇ ਨੰਬਰ ਪਲੇਟ। ਪਾਸਪੋਰਟ ਵੀ ਨਹੀਂ ਮਲਕਾ? ਨਾ ਪੁੱਤਰ, ਮੇਰੇ ਲਈ ਤੇ ਪੂਰੀ ਦੁਨੀਆ ਛਟਾ ਪੋਈ ਏ। ਛਾਲ ਮਾਰ ਕੇ ਕਦੀ ਉਹ ਚ ਖਾਨੇ ਚ, ਤੇ ਛਾਲ ਮਾਰ ਕੇ ਕਦੀ ਉਹ ਚ ਖਾਨੇ ਚ, ਕੀ ਇੰਗਲੈਂਡ ਪਹੁੰਚ ਕੇ ਠੀਕੜੀ ਚੁੰਮ ਕੇ ਪਿੱਛੇ। ਮਲਕਾ ਜੀ, ਸ਼ਨਾਖਤੀ ਕਾਰਡ ਵੀ ਨੀ ਤੁਹਾਡੇ ਕੋਲ ਹੈਗਾ ਤੇ ਸਿਮ ਕਿਉਂ ਨੀ ਕਢਾਉਂਦੇ ਹੋ? ਜਿਵੇਂ ਤੁਸੀਂ ਦੰਦ ਕਢਾਉਂਦੇ ਹੋ ਮਾਰਾ ਤੈਨੂੰ ਮੁੱਕਾ ਫੜ ਕੇ। ਓ ਤੇਰਾ ਪੁੱਤਰ, ਮਲਕਾ ਨੂੰ ਤੇ ਸਿਮ ਘਰ ਆ ਕੇ ਦੇ ਜਾਂਦੇ ਨੇ। ਆ ਚਾਰੇ ਬੜਾ ਪਿਆਰ ਕਰਦੇ ਨੇ ਮੇਰੇ ਨਾਲ। ਹਮ ਮਲਕਾ, ਆਪਣੇ ਪ੍ਰੋਗਰਾਮ ਮੈਂ ਆਪਕੀ ਮੌਜੂਦਗੀ ਮੈਂ ਇਸ ਬਾਤ ਕਾ ਜ਼ਿਕਰ ਕਰ ਚੁੱਕੇ ਕਿ ਦੂਸਰੀ ਜੰਗੇ ਅਜ਼ੀਮ ਮੈਂ ਆਪਨੇ ਜੋ ਬਰਤਾਨਵੀ ਫੌਜ ਮੈਂ ਖਿਦਮਤ ਅੰਜਾਮ ਦੀ ਥੀ ਤੋ ਕਾਰ ਡਰਾਈਵਰ ਔਰ ਕਾਰ ਮਕੈਨਿਕ ਕੇ ਤੌਰ ਪੇ ਕਾਮ ਕੀਆ। ਮੈਂ ਤੇ ਸਵੇਰੇ ਆਪਣੀ ਗੱਡੀ ਦਾ ਤੇਲ ਪਾਣੀ ਰੋਜ ਆਪ ਚੈੱਕ ਕਰਨੀ ਆ। ਆ ਬੋਨਟ ਚੌਂਕ ਕੇ ਹੋਵੇ ਚ ਇੱਡਾ ਕੋ ਲੱਗਾ ਨਹੀਂ ਹੁੰਦਾ, ਇੰਜ ਕਰਕੇ ਖਿੱਚ ਕੇ ਟਾਕੀ ਨਾਲ ਛਾਪ ਕਰਕੇ ਫੇਰ ਵਿੱਚ, ਫੇਰ ਇੰਜ ਕਰਕੇ ਛਾਪ ਕਰਕੇ ਫੇਰ ਵਿੱਚ, ਫੇਰ ਕੱਢ ਕੇ ਤੇ ਚੈੱਕ ਕਰਨੀ ਆ ਕਿੰਨਾ ਤੇਲ। ਜੀ ਜੀ ਜੀ, ਇਹ ਵੀ ਮਲਕਾ ਕੀ ਸ਼ਾਇਰੀ ਹੈ, ਗੱਡੀ ਤੂੰ ਮੰਗਾ ਤੇਲ ਮੈਂ ਪਵਾਨੀ ਆ। یہ میجسٹی اگر آپ کی اجازت ہو تو آپ کی زندگی کے جو مختلف ادوار ہیں وہ بڑے خوبصورتی سے کسی نے کیپچر کی ہے، اگر آپ اجازت دیں تو بہاؤ جرا میری بھی روڑا جی ہوئے۔ یہ دیکھیں، ماں تج کے جائے اے مچکولے ٹور گئی کال جے گئی، یہ آپ ہیں لے ہور کتری نہ کیفے ਛੱਡ ਕੇ ਜਾਵਾ, ਵਿਆਹ ਹੋ ਗਿਆ ਹੁਣ ਮੇਰਾ, ਆ ਚਾਲ ਆ ਗਿਆ ਬਾਜੀ ਵਾਹ ਜ਼ਬਰਦਸਤ, ਹਾਏ 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 ਕੀ ਯਾਦ ਕਰਾ ਦਿੱਤਾ ਜੀ। ਹਾਏ ਕੱਪੜੇ ਸਾਰੇ ਆਪਣੇ ਮੰਗਾ ਆਪਣੇ ਨੇ ਪੁੱਛਣ, ਹੋਰ ਮੈਨੂੰ ਚੈਨਲ ਵਾਲੇ ਪੁੱਛਦੇ ਪੁੱਤਰ ਮੈਂ ਚ ਕੱਪੜਿਆਂ ਦੀ ਇੰਨੀ ਸ਼ਕੀਨ ਸਾਂ, ਮੈਂ ਆਪਣਾ ਦਰਜੀ ਰੱਖੇ ਆ ਸੀ। ਅੱਛਾ, ਆ ਹਰ ਮਹੀਨੇ ਮੈਨੂੰ ਨਵਾਂ ਸੂਟ ਸੀਂ ਕੇ ਦਿੰਦਾ ਸੀ। ਆ ਤੇ ਫਿਰ ਫਿਲਪੂ ਆਇਆ ਤੇ ਉਹਨੇ ਕਿਹਾ ਛਾਡਲ ਚ ਬੋ ਉਥੋਂ ਬਾਜ਼ਾਰੋਂ ਰੈਡੀਮੇਡ ਲੈ ਆਵਾਂ, ਕਹਿੰਦੇ ਐਵੇਂ ਕੱਢ ਲਈ ਗੈਰ ਦਰਜੀ ਘਰ ਚ ਵਾੜੇ, ਫਿਰ ਮੈਂ ਕੱਢ ਛੱਡਿਆ। ਫਿਲਪੂ ਤੇ ਮੇਰਾ ਇੰਨਾ ਖਿਆਲ ਰੱਖਦਾ ਜੋ ਮੂੰਹੋਂ ਕੱਢਨੀਆਂ ਪੂਰੀ ਕਰ ਦਿੰਦਾ ਗੱਲ। ਇੱਕ ਦਿਨ ਇੰਨਾ ਜ਼ਰੂਰੀ ਕੰਮ ਬਹਿ ਕੇ ਪਿਆ ਕਰਦਾ ਸੀ, ਮੈਂ ਵੀ ਬੈਠੀ ਸਾਂ, ਆ ਕੇ ਨੌਕਰ ਨੇ ਕਿਹਾ ਏ ਮਲਕਾ ਆ ਲਿਆ ਰੋਟੀ ਖੁੱਲ ਗਈ ਜੇ। ਰੋਟੀ ਖੁੱਲ ਗਈ? ਲਓ ਸਰਕਾਰ, ਅਸੀਂ ਲੰਗਰ ਕਰਕੇ ਆਏ ਜੇ।